ਹਾਂਜੀ ਸਰ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਜੁੜੋ ਕਰੋ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਬਿਲਕੁਲ ਨਹੀਂ ਭੁੱਲਣਾ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਫਤੂਰੋ ਇੰਟਰਨੈਸ਼ਨਲ ਚੱਲਦੇ ਹਾਂ ਜੀ ਪਹਿਲੀਆਂ ਖਬਰਾਂ ਦੇ ਉੱਪਰ ਸਭ ਤੋਂ ਪਹਿਲੀ ਖਬਰ ਜਿਹੜੀ ਹੈ ਜੀ ਟਾਟਾ ਦੇ ਨਾਲ ਸਬੰਧਤ ਹੈ ਤੁਸੀਂ ਨਾਮ ਤਾਂ ਜਰੂਰ ਸੁਣਿਆ ਹੋਵੇਗਾ ਟਾਟਾ ਕੰਪਨੀ ਜਿਹੜੀ ਕਿ ਟਰੱਕ ਵੀ ਬਣਾਉਂਦੀ ਹੈ ਬੱਸਾਂ ਬਣਾਉਂਦੀ ਹੈ ਤੇ ਹੋਰ ਵੀ ਬਹੁਤ ਚੀਜ਼ਾਂ ਬਣਾਉਂਦੀ ਹੈ ਟਾਟਾ ਦੇ ਨਾਲ तकरीबन ਹਰ ਬੰਦੇ ਦਾ ਜਿਹੜਾ ਕਦੀ ਨਾ ਕਦੀ ਬਾਪ ਪੈ ਜਾਂਦਾ ਹੈ ਕਿਉਂਕਿ ਟਾਟਾ ਟੀਵੀ ਜਿਹੜੀ ਚਾਹ ਪਤੀ ਤੁਸੀਂ ਪੀਂਦੇ ਹੋ ਵੀ ਟਾਟਾ ਦੀ ਬਣਾਈ ਹੋਈ ਹੈ ਤੇ ਜਿਹੜੀ 에ਅਰ ਇੰਡੀਆ ਹੈ ਉਹ ਵੀ ਟਾਟਾ ਦੀ ਹੈ ਖਬਰਦਾਰ ਸਲ ਇਹ ਹੈ ਕਿ ਜਿਹੜੇ ਰਤਨ ਟਾਟਾ ਇਹਨਾਂ ਦੀ ਜਿਹੜੀ ਕੱਲ ਡੈਥ ਹੋ ਚੁੱਕੀ ਹੈ 86 ਸਾਲ ਦੀ ਇਹਨਾਂ ਦੀ ਉਮਰ ਸੀ ਤੇ ਕੱਲ ਜਿਹੜੀ ਦੱਸਿਆ ਗਿਆ ਕਿ ਇਹਨਾਂ ਦੀ ਜਿਹੜੀ ਡੈਸੀ ਕੁਝ ਦਿਨਾਂ ਤੋਂ ਹੀ ਬਿਮਾਰ ਹਸਪੀਟਲ ਵਿੱਚ ਚੱਲ ਰਹੇ ਸਨ ਰਤਨ ਟਾਟਾ ਦਾ ਜਨਮ ਜਿਹੜਾ 28 ਦਸੰਬਰ 1937 ਨੂੰ ਹੋਇਆ ਸੀ ਤੇ ਹੁਣ ਜਿਹੜੀ ਇਸ ਟੈਮਨਾਂ ਦੀ 86 ਸਾਲ ਦੀ ਉਮਰ ਸੀ 1991 ਤੋਂ ਲੈ ਕੇ 2012 ਤੱਕ ਇਹ ਟਾਟਾ ਗਰੁੱਪ ਦੇ ਜਿਹੜੇ ਚੇਅਰਮੈਨ ਰਹੇ ਹਨ ਤੇ ਇਸ ਸਮੇਂ ਜਿਹੜੀ ਟਾਟਾ ਕੰਪਨੀ ਨੇ ਬਹੁਤ ਜ਼ਿਆਦਾ ਵੱਡੇ-ਵੱਡੇ ਰਿਕਾਰਡ ਬਣਾਏ ਤੇ ਬਹੁਤ ਜ਼ਿਆਦਾ ਤਰੱਕੀ ਕੀਤੀ ਅਗਲੀ ਖਬਰ ਜਿਹੜੀ ਹੈ ਜੀ ਮੋਬਾਈਲ ਫੋਨ ਦੇ ਨਾਲ ਸੰਬੰਧਿਤ ਹੈ ਤੁਸੀਂ ਅਕਸਰ ਆਪਣੇ ਘਰਾਂ ਦੇ ਵਿੱਚ ਵੀ ਦੇਖਿਆ ਹੋਵੇਗਾ ਕਿ ਮੋਬਾਈਲ ਫੋਨ ਕਿਤੇ ਪਿਆ ਹੈ ਕਈ ਰਮੰਜੇ ਦੇ ਉੱਤੇ ਪਿਆ ਹੁੰਦਾ ਕਈ ਵਾਰ ਸਰਾਣੇ ਥੱਲੇ ਤੇ ਕਈ ਵਾਰ ਤਾਂ ਜਿਹੜਾ ਬੰਦਾ ਇੱਦਾਂ ਹੀ ਸੌ ਜਾਂਦਾ ਹੈ ਮੋਬਾਈਲ ਫੋਨ ਜਿਹੜਾ ਕਈ ਵਾਰ ਸਰਾਨੇ ਰੱਖ ਕੇ ਹੀ ਲੋਕ ਸੌ ਜਾਂਦੇ ਹਨ ਪਰੰਤੂ ਹੁਣ ਕੀ ਹੋਇਆ ਕੀ ਹੈ ਜਿਹੜੀ ਖਬਰ ਇਸ ਕਰਕੇ ਦੱਸੀ ਜਾ ਰਹੀ ਹੈ ਕਿਉਂਕਿ ਮੋਬਾਈਲ ਫੋਨ ਦੀ ਵਜ੍ਹਾ ਦੇ ਨਾਲ 4 ਲੋਕਾਂ ਦੀ ਡੈਥ ਹੋਈ ਹੈ ਮੋਬਾਈਲ ਦੇ ਵਿੱਚ ਬਲਾਸਟ ਹੋਇਆ ਹੈ ਜਿਹਦੀ ਵਜ੍ਹਾ ਦੇ ਨਾਲ 4 ਲੋਕ ਮਰੇ ਹਨ ਇਹ ਘਟਨਾ ਜਿਹੜੀ ਹੈ ਜੀ ਸਪੇਨ ਦੇ ਵਿੱਚ ਹੋਈ ਹੈ ਦਰਦਨਾਕ ਘਟਨਾ ਇਹ ਜਿਹੜੇ 4 ਮੈਂਬਰਾਂ ਦੀ ਮੌਤ ਹੋਈ ਹੈ ਇੱਕੋ ਪਰਿਵਾਰ ਦੇ ਮੈਂਬਰ ਸਨ ਇਹਦੇ ਵਿੱਚ ਇੱਕ 47 ਸਾਲਾ ਜੋਸ ਐਂਟਾਨੀਓ ਰੇਡਨ ਉਸ ਦੀ ਪਤਨੀ 56 ਸਾਲ ਦੀ ਐਂਟੋਨੀਓ ਹਿਡਾਲਗੋ ਤੇ ਉਹਨਾਂ ਦੇ ਦੋ ਪੁੱਤਰ ਇੱਕ ਇੱਕ ਦੀ ਉਮਰ 20 ਸਾਲ ਦੀ ਤੇ ਦੂਸਰੇ ਦੀ 16 ਸਾਲ ਸੀ ਇਹਨਾਂ ਦੀ ਡੈਥ ਹੋਈ ਹੈ ਇਹ ਜਿਹੜੀ ਘਟਨਾ ਦੱਸਿਆ ਗਿਆ ਕਿ ਸਵੇਰੇ 8 ਵਜੇ ਦੇ ਕਰੀਬ ਵਾਪਰੀ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਜਿਹੜੇ ਸੁੱਤੇ ਹੋਏ ਸਨ ਜੋ ਜਾਣਕਾਰੀ ਮਿਲੀ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀ ਸੋਫੇ ਦੇ ਠਾਣਾਂ ਨੇ ਚਾਰਜਿੰਗ ਦੇ ਉੱਤੇ ਜਿਹੜਾ ਮੋਬਾਈਲ ਫੋਨ ਰੱਖਿਆ ਹੋਇਆ ਸੀ ਚਾਰਜਿੰਗ ਨਾਲ ਲਗਾ ਕੇ ਸੋਫੇ ਦੇ ਥੱਲੇ ਵਾਲੇ ਪਾਸੇ ਉੱਪਰ ਸ਼ਾਇਦ ਗੱਦੀ ਪਈ ਸੀ ਤਉ ਸੁਭਾਚਨ ਕੀ ਫੋਨ ਦੇ ਵਿਚ ਜੜਾ ਬਲਾਸਟ ਹੁੰਦਾ ਹੈ ਤੇ ਜਿਹੜਾ ਸੋਫਾ ਸੀ ਉਹਦੇ ਵਿੱਚ ਕਪੜਾ ਲੱਗਾ ਹੋਣ ਦੀ ਵਜ੍ਹਾ ਦੇ ਨਾਲ ਜਿਹੜੀ ਉਸ ਜਗ੍ਹਾ ਦੇ ਉੱਤੇ ਅੱਗ ਫੈਲ ਜਾਂਦੀ ਹੈ ਜਿਹਦੇ ਧੂਏ ਦੇ ਕਾਰਨ ਪਰਿਵਾਰ ਦੇ ਮੈਂਬਰਾਂ ਨੇ ਮਦਦ ਵਾਸਤੇ ਰੋਲਾ ਵੀ ਪਉਣਾ ਸ਼ੁਰੂ ਕਰ ਦਿੱਤਾ ਪਰੰਤੂ ਉਸ ਟਾਈਮ ਜਿਹੜਾ ਘਰ ਸੀ ਧੂਏ ਦੇ ਨਾਲ ਭਰ ਚੁੱਕਾ ਸੀ ਤੇ ਜਿਹੜੇ ਘਰ ਦੇ ਮੈਂਬਰ ਸਨ ਉਹਨਾਂ ਦੇ ਵਿੱਚ ਵੀ ਇੰਨੀ ਤਾਕਤ ਨਹੀਂ ਸੀ ਕਿ ਉੱਠ ਕੇ ਜਿਹੜਾ ਹੈ ਕੁਝ ਕਰ ਸਕਦੇ ਬਾਕੀ ਜਿਹੜੇ ਉਹਨਾਂ ਦੇ ਗੁਆਂਢੀ ਸਨ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਕਿ ਘਰ ਦੇ ਅੰਦਰ ਐਂਟਰੀ ਕੀਤੀ ਜਾਵੇ ਦਰਵਾਜ਼ਾ ਖੋਲਿਆ ਜਾਵੇ ਪਰੰਤੂ ਲੋਹੇ ਦੀ ਰੇਲਿੰਗ ਲੱਗੀ ਹੋਈ ਸੀ ਜਿਹਦੇ ਕਾਰਨ ਉਹ ਵੀ ਅੰਦਰ ਨਹੀਂ ਜਾ ਸਕੇ ਤੇ ਜਿਹੜੇ ਦਰਵਾਜ਼ੇ ਸਾਨੂੰ ਲੋਹੇ ਦੇ ਲੱਗੇ ਹੋਏ ਸਨ ਜਿਸ ਟਾਈਮ ਤੱਕ ਫਰਗਰਡ ਦੀ ਟੀਮ ਜਿਹੜੀ ਹੈ ਜੀ ਘਰ ਪਹੁੰਚਦੀ ਹੈ ਉਹ ਤੱਕ ਜਿਹੜੀ ਕਾਫੀ ਧੀਰ ਹੋ ਚੁੱਕੀ ਸੀ ਤੇ ਇਹ ਜਿਹੜੇ ਚਾਰਾਂ ਦੀ ਜਿਹੜੀ ਡੈਥ ਹੋ ਚੁੱਕੀ ਸੀ ਹੁਣ ਗੱਲ ਕਰ ਲਈਏ ਲਾਈਫ ਸਰਟੀਫਿਕੇਟ ਦੀ ਇਟਲੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਹਨ ਜਿਨ੍ਹਾਂ ਦੀ ਪੈਨਸ਼ਨਾਂ ਵਗੈਰਾ ਜਿਹੜੀਆਂ ਇੰਡੀਆ ਦੇ ਵਿੱਚ ਚੱਲਦੀਆਂ ਹਨ ਜਾਂ ਜਿਹੜੇ ਇੰਡੀਆ ਦੇ ਵਿੱਚ ਪੈਨਸ਼ਨ ਲੈਂਦੇ ਹਨ ਜਿਨ੍ਹਾਂ ਨੇ ਕੋਈ ਜੋਬ ਕੀਤੀ ਹੈ ਹੋ ਸਕਦਾ ਕਿ ਜੋਬ ਸਰਕਾਰੀ ਹੋਵੇ ਜਾਂ ਸਰਦ ਸਰਕਾਰੀ ਹੋਵੇ ਜਿਹੜੀ ਖਬਰ ਹੈ ਜੀ ਉਹਨਾਂ ਲੋਕਾਂ ਦੇ ਵਾਸਤੇ ਹੈ ਜਿਨ੍ਹਾਂ ਦੀ ਪੈਨਸ਼ਨ ਚੱਲਦੀ ਹੈ ਤੇ ਜਿਹੜਾ ਲਾਈਫ ਸਰਟੀਫਿਕੇਟ ਇਹਨਾਂ ਲੋਕਾਂ ਨੂੰ ਹਰ ਸਾਲ ਜਿਹੜਾ ਦੇਣਾ ਪੈਂਦਾ ਹੈ ਜਿਹੜਾ ਕੀ ਆਪਣੇ ਇੰਡੀਆ ਦੇ ਵਿੱਚ ਭੇਜਣਾ ਪੈਂਦਾ ਹੈ ਇਹ ਜਿਹੜਾ ਲਾਈਫ ਸਰਟੀਫਿਕੇਟ ਹੈ ਜੀ ਇਹਦੇ ਵਾਸਤੇ ਜਿਹੜਾ ਹੈ ਨਵੰਬਰ ਦਾ ਮਹੀਨਾ ਜਿਵੇਂ ਹੀ ਹੁਣ ਆਏਗਾ ਨਵੰਬਰ ਦੇ ਮਹੀਨੇ ਵਿੱਚ ਜਿਹੜੀ ਇਸ ਦੀ ਸ਼ੁਰੂਆਤ ਹੋ ਜਾਏਗੀ ਤੁਸੀਂ ਨਵੰਬਰ ਦੇ ਮਹੀਨੇ ਤੁਸੀਂ ਪਹਿਲੀ ਨਵੰਬਰ 2 ਜਾਂ 3 ਜਾਂ ਜਾਂ ਪੂਰਾ ਤਕਰੀਬਨ ਮਹੀਨਾ ਹੀ ਤੁਹਾਡੇ ਕੋਲ ਹੁੰਦਾ ਹੈ ਤੁਸੀਂ ਕਦੀ ਵੀ ਜਾ ਸਕਦੇ ਹੋ ਉੱਥੇ ਅੰਬੈਸੀ ਦੇ ਵਿੱਚ ਤੇ ਇਹਦੇ ਵਾਸਤੇ ਅਪਾਇੰਟਮੈਂਟ ਲੈਣ ਦੀ ਕੋਈ ਲੋੜ ਨਹੀਂ ਪੈਂਦੀ ਤੁਸੀਂ ਉੱਥੋਂ ਜਿਹੜੇ ਬਾਹਰ ਬੰਦੇ ਖੜੇ ਹੁੰਦੇ ਨੇ ਉਹਨਾਂ ਦੇ ਕੋਲ ਵੀ ਜਿਹੜਾ ਹੈ ਜੀ ਆਪਣਾ ਡਾਕੂਮੈਂਟ ਪਰਵਾ ਸਕਦੇ ਹੋ ਜੇ ਫੋਟੋ ਕਿਸੇ ਨੇ ਖਿਚਾਉਣੀ ਹੋਵੇ ਤਾਂ ਐਮਬੈਸੀ ਦੇ ਬਾਹਰ ਹੀ ਤੁਸੀਂ ਫੋਟੋ ਵੀ ਖਿਚਵਾ ਸਕਦੇ ਹੋ ਜੇ ਤੁਹਾਡੇ ਕੋਲ ਫੋਟੋ ਪਹਿਲਾਂ ਹੈ ਤਾਂ ਤੁਸੀਂ ਪਹਿਲਾਂ ਵੀ ਆਪਣੇ ਘਰੋਂ ਵੀ ਲਿਆ ਜਾ ਸਕਦੇ ਹੋ ਬਾਕੀ ਜਿਹੜਾ ਹੈ ਜੀ ਇਸ ਨੂੰ ਤੁਸੀਂ ਫਿਲ ਕਰਵਾ ਕੇ ਉੱਥੇ ਲੈ ਜਾਣਾ ਤੇ ਇੱਕ ਦਿਨ ਦੇ ਵਿੱਚ ਜਿਹੜਾ ਲਾਈਫ ਸਰਟੀਫਿਕੇਟ ਹੈ ਉਹ ਵਾਪਸ ਮਿਲ ਜਾਂਦਾ ਹੈ ਫਿਰ ਉਸ ਤੋਂ ਬਾਅਦ ਤੁਸੀਂ ਉਸ ਨੂੰ ਜਿਹੜਾ ਇੰਡੀਆ ਦੇ ਵਿੱਚ ਡੀ ਐਚ ਐਲ ਨੂੰ ਵੀ ਕਰਾ ਸਕਦੇ ਹੋ ਮਿਲ ਕੋਰੀਅਰ ਦਾ ਨਾਮ ਹੈ ਡੀ ਐਚ ਐਲ ਕੰਪਨੀ ਹੈ ਤੁਸੀਂ ਕੋਰੀਅਰ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਕੋਈ ਬੰਦਾ ਜਾਂਦਾ ਹੈ ਤਾਂ ਉਹਦੇ ਥਰੂ ਵੀ ਜਿਹੜਾ ਉਸ ਨੂੰ ਉੱਥੇ ਇੰਡੀਆ ਦੇ ਵਿੱਚ ਪਹੁੰਚਾ ਸਕਦੇ ਹੋ। ਪਰੰਤੂ ਜਿਹੜਾ ਖਿਆਲ ਇੱਕ ਚੀਜ਼ ਰੱਖਣਾ ਹੈ ਕਿ ਬਹੁਤਾ ਲੇਟ ਨਹੀਂ ਹੋਣਾ ਚਾਹੀਦਾ। ਬਾਕੀ ਹੁਣ ਗੱਲ ਕਰ ਲਈਏ ਪੇਪਰਾਂ ਦੀ ਕਿ ਜਿਹੜੇ ਪੇਪਰ ਹਨ ਜੀ ਨੈਕਸਟ ਜਿਹੜੇ ਫਰੂਸੀ ਹੈ ਉਹ ਕਦੋਂ ਤੱਕ ਖੁੱਲ ਸਕਦੀ ਹੈ। ਤੇ ਇਸ ਦੇ ਵਾਸਤੇ ਜਿਹੜਾ ਟਾਈਮ ਹੈ ਜੀ ਦਸੰਬਰ ਦੇ ਵਿੱਚ ਜਿਹੜੇ ਪੂਰੇ ਪੂਰੇ ਚਾਂਸ ਇਸ ਚੀਜ਼ ਦੇ ਦੱਸੇ ਜਾ ਰਹੇ ਹਨ ਕਿ ਜਿਹੜਾ ਦਸੰਬਰ ਦੇ ਵਿੱਚ ਖੁੱਲ ਸਕਦੇ ਹਨ। ਬਾਕੀ ਇਸ ਵਾਰ ਜਿਹੜਾ ਸਰਕਾਰ ਹੈ ਜੀ ਥੋੜਾ ਇਸ ਨੂੰ ਜਿਹੜਾ ਚੇਂਜ ਕੀਤਾ ਜਾ ਰਿਹਾ ਹੈ ਜਿੱਦਾਂ ਕਿ ਅੱਗੇ ਕਲਿਕ ਦੇ ਦੇ ਉੱਤੇ ਕਲਿਕਾਂ ਪਾਈ ਦੀਆਂ ਸਨ ਲਗਾਤਾਰ ਤੇ ਜਿਹੜਾ ਇੱਕ ਦਿਨ ਦੇ ਵਿੱਚ ਜੋ ਕੁਝ ਹੋਣਾ ਹੁੰਦਾ ਸੀ ਉਹ ਹੋ ਜਾਂਦਾ ਸੀ ਤੇ ਹੁਣ ਜਿਹੜਾ ਹੈ ਜੀ ਇਸ ਨੂੰ 7 ਜਾਂ 6 7 ਜਾਂ 8 ਵਾਰ ਵੀ ਦੱਸਿਆ ਗਿਆ ਕਿ ਜਿਹੜੇ ਕਲਿਕ ਹੋ ਸਕਦੇ ਹਨ ਪੇਪਰ ਇੱਕ ਸਾਲ ਦੇ ਵਿੱਚ ਬਾਕੀ ਜਿਹੜੇ ਪੇਪਰਾਂ ਦੀ ਤੁਹਾਨੂੰ ਗੱਲ ਦੱਸੀ ਜਾ ਰਹੀ ਹੈ 2025 ਵਾਲੇ ਪੇਪਰਾਂ ਦੀ ਆਪਾਂ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਬਾਰੇ ਪਹਿਲਾਂ ਦੱਸਿਆ ਗਿਆ ਸੀ ਕਿ ਫਰਵਰੀ ਵਿੱਚ ਜਿਹੜੇ ਫਰਵਰੀ 2025 ਵਿੱਚ ਖੁੱਲਣਗੇ ਬਾਕੀ ਫਿਲਹਾਲ ਜਿਹੜਾ ਇਸ ਟਾਈਮ ਜੇ ਆਪਾਂ ਅਕਤੂਬਰ ਮਹੀਨੇ ਦੀ ਗੱਲ ਕਰੀਏ ਹੁਣ ਦੀ ਤੇ ਫਿਲਹਾਲ ਜਿਹੜੀ ਇਹਦੇ ਬਾਰੇ ਪੱਕੀ ਸੂਚਨਾ ਸਾਨੂੰ ਨਹੀਂ ਕਹਿ ਸਕਦੀ ਕਿ ਇਹ ਪੱਕੀ ਸੂਚਨਾ ਹੈ ਦੱਸਿਆ ਜਾ ਰਿਹਾ ਹੈ ਕੁਝ ਗੱਲਾਂ ਹਨ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਦੱਸਿਆ ਗਿਆ ਹੈ ਕਿ ਜਨਵਰੀ ਦੇ ਵਿੱਚ ਵੀ ਕ੍ਰੈਕ ਹੋ ਸਕਦੀ ਹੈ ਜਾਂ ਫਿਰ ਦਸੰਬਰ ਦੇ ਵਿੱਚ ਵੀ ਆ ਜਿਹੜਾ ਸਾਲ ਦੇ ਬਾਕੀ ਦੀ ਵੀ ਜਿਹੜੀ ਸਰਕਾਰ ਹੈ ਜੀ ਹੁਣ ਜਿਹੜੇ ਪੇਪਰ ਖੋਲਣ ਦੇ ਈੜੀ ਸਕੀਮ ਲਾਤੀ ਇਹਦੇ ਵਿੱਚ ਸਰਕਾਰ ਚਾਹੁੰਦੀ ਹੈ ਕਿ ਕੁਝ ਨਿਯਮਾਂ ਦੇ ਨਾਲ ਇਹਨਾਂ ਨੂੰ ਖੋਲਿਆ ਜਾਵੇ ਬਹੁਤ ਜਿਹੜਾ ਭਾਰ ਮਹਿਕਮਿਆਂ ਦੇ ਉੱਤੇ ਵੀ ਨਾ ਪਵੇ ਸੂਚ ਕਰਕੇ ਦੱਸਿਆ ਗਿਆ ਕਿ ਤਕਰੀਬਨ 60 ਤੋਂ ਲੈ ਕੇ 70% ਜਿਹੜੇ ਪੇਪਰ ਹਨ ਉਹ ਹੋ ਸਕਦਾ ਹੈ ਕਿ ਜਨਵਰੀ ਮਹੀਨੇ ਤੱਕ ਖੁੱਲ ਜਾਣ ਦਸੰਬਰ ਜਾਂ ਜਨਵਰੀ ਦੇ ਵਿੱਚ ਉਹਨਾਂ ਦੀ ਕਲਿੱਕ ਹੋ ਜਾਵੇ ਤੇ ਜਿਹੜੇ ਬਾਕੀ ਬਚਦੇ ਹਨ 30% ਦੇ ਕਰੀਬ ਜਿਹੜੇ ਪੇਪਰ ਮੁਲੱਪਤੀ ਹੈ ਇਸਾ ਗਿਆ ਸਕਦੀਆਂ ਚੌਥਾ ਇਸਾ ਵੀ ਤੁਸੀਂ ਸਾਨੂੰ ਕਹਿ ਸਕਦੇ ਹੋ ਇਹ ਫਿਰ ਜਿਹੜਾ ਅਗਲਾ ਸਾਲ ਦਾ ਅਧ ਹੋਏਗਾ 2025 ਦਾ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਹੈ ਜੀ ਕਲਿੱਕ ਹੋ ਸਕਦੇ ਹਨ ਹੁਣ ਚਲਦੇ ਹਾਂ ਜੀ ਆਪਣੇ ਅਗਲੇ ਅਪਡੇਟ ਦੇ ਉੱਤੇ ਜਿਹੜੇ ਇਟਲੀ ਦੇ ਵਿੱਚ ਕੱਚੇ ਬੰਦੇ ਹਨ ਉਹ ਕਿਵੇਂ ਪੱਕੇ ਹੋ ਸਕਦੇ ਹਨ ਜਾਂ ਜੇ ਕੋਈ ਬੰਦਾ ਟੂਰਿਸਟ ਵੀਜੇ ਤੇ ਇੰਡੀਆ ਤੋਂ ਇੱਥੇ ਇਟਲੀ ਦੇ ਵਿੱਚ ਸੁਪੋਜ਼ ਕਰੂ ਕਿ ਆਉਂਦਾ ਹੈ ਆਪਣੇ ਇੱਥੇ ਰਿਸ਼ਤੇਦਾਰ ਦੇ ਕੋਲ ਆਉਂਦਾ ਹੈ ਜਾਂ ਵੈਸੇ ਹੀ ਉਸ ਨੂੰ ਸ਼ੇਨਗਨ ਵੀਜ਼ਾ ਜਿਹੜਾ ਇੰਡੀਆ ਤੋਂ ਮਿਲ ਜਾਂਦਾ ਹੈ ਇਟਲੀ ਤੋਂ ਇੱਥੇ ਆ ਜਾਂਦਾ ਆਪਣੇ ਸੌਰੀ ਜੀ ਇੰਡੀਆ ਤੋਂ ਇਟਲੀ ਦੇ ਵਿੱਚ ਬੰਦਾ ਪਹੁੰਚ ਜਾਂਦਾ ਹੈ ਇੱਥੇ ਆ ਕੇ ਜਿਹੜਾ ਕਈ ਵਾਰ ਉਸਦਾ ਮਨ ਬਦਲ ਜਾਂਦਾ ਹੈ ਕਿ ਕਿਉਂ ਨਾ ਇੱਥੇ ਹੀ ਰਹਿ ਲਿਆ ਜਾਵੇ ਕਿਉਂਕਿ ਨਵੇਂ ਨਵੇਂ ਬੰਦੇ ਨੂੰ ਜਿਹੜੀ ਇਟਲੀ ਹੈ ਜੀ ਉਹ ਸਵਰਗ ਲੱਗਦੀ ਹੈ ਜਦ ਤੱਕ ਬੰਦਾ ਗੱਡੀਆਂ ਦੇ ਵਿੱਚ ਘੁੰਮਦਾ ਹੈ ਕੰਮ ਤੇ ਨਹੀਂ ਜਾਂਦਾ ਉਸ ਟਾਈਮ ਉਸ ਨੂੰ ਬਹੁਤ ਵਧੀਆ ਲੱਗਦਾ ਉਹ ਕਹਿੰਦਾ ਹੈ ਕਿ ਜ਼ਿੰਦਗੀ ਬਹੁਤ ਵਧੀਆ ਹੈ ਉਹ ਵੱਖਰੀ ਗੱਲ ਹੈ ਕਿ ਜਦੋਂ ਫਿਰ ਬੰਦਾ ਕੰਮਾਂ ਤੇ ਜਾਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਇਥੋਂ ਦੀ ਡੰਗਾਈ ਬਰੀਕੀਆਂ ਦੇ ਵਿੱਚ ਪੈਂਦਾ ਹੈ ਇਥੋਂ ਦੇ ਜਿਹੜੇ ਸਿਸਟਮ ਹਨ ਖਰਚੇ ਹਨ ਜਦੋਂ ਉਹਨਾਂ ਦੇ ਵਿੱਚ ਬੰਦਾ ਜਾਂਦਾ ਹੈ ਤੇ ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਜ਼ਿੰਦਗੀ ਹਾਰਡ ਕਿੰਨੀ ਹੈ ਇਟਲੀ ਦੇ ਵਿੱਚ ਵੀ ਹੁਣ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਜਿਹੜਾ ਇਟਲੀ ਦੇ ਵਿੱਚ ਬੰਦਾ ਪਹੁੰਚਦਾ ਹੈ ਟੂਰਿਸਟ ਵੀਜ਼ੇ ਦੇ ਉੱਤੇ ਉਹ ਪੱਕਾ ਕਿਵੇਂ ਹੋ ਸਕਦਾ ਹੈ ਕਿਉਂਕਿ ਇਸ ਬਾਬਤ ਸਾਨੂੰ ਵੀਰਾਂ ਨੇ ਕਮੈਂਟ ਕਰਕੇ ਵੀ ਪੁੱਛਿਆ ਹੈ ਤੇ ਇਸ ਕਰਕੇ ਅੱਪ ਜਵਾਬ ਦੇ ਰਹੇ ਹਾਂ ਇਟਲੀ ਦੇ ਵਿੱਚ ਜਿਹੜਾ ਟੂਰਿਸਟ ਵੀਜੇ ਇੱਥੇ ਉੱਤੇ ਬੰਦਾ ਆਉਂਦਾ ਹੈ ਉਹ ਪੱਕਾ ਹੁੰਦਾ ਜਿਹੜਾ ਚਾਂਸ ਹੈ ਜੀ ਜ਼ੀਰੋ ਹੈ ਕਿਉਂਕਿ ਜੇ ਸਰਕਾਰ ਇਹਦੇ ਵਿੱਚ ਰਸਤੇ ਰੱਖ ਦੇਵੇ ਕਿ ਕੋਈ ਨਾ ਕੋਈ ਸਕੀਮ ਹੈ ਇਸ ਹਿਸਾਬ ਦੇ ਨਾਲ ਤਾਂ ਫਿਰ ਜਿਹੜੇ ਲੋਕ ਇੱਥੇ ਇਟਲੀ ਦੇ ਵਿੱਚ ਐਂਟਰੀ ਬਹੁਤ ਵੱਡੇ ਪੱਧਰ ਦੇ ਉੱਤੇ ਕਰ ਸਕਦੇ ਹਨ ਤੇ ਬਹੁਤ ਸਾਰੇ ਲੋਕ ਜਿਹੜੇ ਹਨ ਜੀ ਇਸ ਤਰ੍ਹਾਂ ਪੱਕੇ ਇੱਥੇ ਹੋ ਸਕਦੇ ਹਨ ਤੇ ਜਿਹੜੇ ਕੱਚੇ ਬੰਦੇ ਹਨ ਇਟਲੀ ਦੇ ਵਿੱਚ ਉਹ ਕਿਵੇਂ ਪੱਕੇ ਹੋ ਸਕਦੇ ਹਨ ਉਨ੍ਹਾਂ ਦੇ ਕੋਲ ਵੀ ਪੱਕੇ ਹੋਣ ਦਾ ਜਿਹੜਾ ਇੱਕੋ ਇੱਕ ਰਸਤਾ ਇਹੀ ਬਚਦਾ ਹੈ ਜਾਂ ਟੂਰਿਸਟ ਵੀਜ਼ੇ ਦੇ ਉੱਤੇ ਵੀ ਬੰਦਾ ਮੰਨ ਲਓ ਸੁਪੋਜ਼ ਕਰੋ ਕਿ ਇਟਲੀ ਦੇ ਵਿੱਚ ਆ ਜਾਂਦਾ ਹੈ ਤੇ ਇੱਥੇ ਆ ਕੇ ਉਹ ਅੰਡਰਗਰਾਉਂਡ ਹੋ ਜਾਂਦਾ ਹੈ। ਮਤਲਬ ਕਿ ਇੱਥੇ ਆ ਕੇ ਉਹ ਵਾਪਸ ਨਹੀਂ ਜਾਂਦਾ ਇੱਥੇ ਕੰਮ ਕਰਨ ਲੱਗ ਪੈਂਦਾ ਚੋਰੀ ਕਿਤੇ ਤੇ ਪੁਲਿਸ ਦੇ ਹੱਥ ਨਹੀਂ ਆਉਂਦਾ ਸੁਪੋਜ਼ ਕਰੋ ਕਿ ਉਹ ਸਾਹਮਣੇ ਪ੍ਰਸ਼ਾਸਨ ਦੇ ਹੱਥ ਨਹੀਂ ਆਉਂਦਾ ਉਹ ਕੰਮ ਕਰ ਰਿਹਾ ਹੈ ਬੰਦਾ ਕੱਚਾ ਹੈ। ਇਸੇ ਤਰ੍ਹਾਂ ਜਿਹੜੇ ਕੱਚੇ ਬੰਦੇ ਪਹਿਲਾਂ ਇੱਥੇ ਮੌਜੂਦ ਹਨ ਬੈਠੇ ਹੋਏ ਹਨ ਇਹ ਕਿਵੇਂ ਪੱਕੇ ਹੋ ਸਕਦੇ ਹਨ? ਤਾਂ ਇਹਦੀ ਵਾਸਤੇ ਜਿਹੜਾ ਇੱਕੋ ਇੱਕ ਰਸਤਾ ਬਚਦਾ ਹੈ ਉਹ ਰਸਤਾ ਕਿਹੜਾ ਹੈ ਉਹ ਰਸਤਾ ਇਹ ਹੈ ਕਿ ਜੇ ਇਸ ਟਾਈਮ ਇੱਥੇ ਸਨ ਤੋਰੀਆ ਖੁੱਲਦੀ ਹੈ ਇੱਥੋਂ ਦੇ ਪੇਪਰ ਜਿਹੜੇ ਸਰਕਾਰ ਖੋਲਦੀ ਹੈ ਸਰਕਾਰ ਕਹਿੰਦੀ ਹੈ ਕਿ ਜਿੰਨੇ ਵੀ ਟਲੀ ਦੇ ਵਿੱਚ ਕੱਚੇ ਬੰਦੇ ਹਨ ਉਹ ਜਿਹੜੇ ਹਨ ਜੀ ਇਸ ਜੋਰ ਨੂੰ ਲੈ ਸਕਦੇ ਹਨ ਆਪਣੇ ਜਿਹੜੇ ਪ੍ਰੂਫ ਜਮਾ ਕਰਵਾ ਦੇਣ ਤੇ ਉਹੀ ਜਿਹੜੀ ਇੱਕ ਸਿਚੁਏਸ਼ਨ ਬਣਦੀ ਹੈ ਉਹਦੇ ਵਿੱਚ ਫਿਰ ਜਿਹੜੇ ਲੋਕ ਟੂਰਿਸਟ ਵੀਜੇ ਤੇ ਇੱਥੇ ਆਏ ਸਨ ਇੱਥੇ ਰਹਿ ਗਏ ਸਨ ਵਾਪਸ ਨਹੀਂ ਗਏ ਉਹ ਲੋਕ ਵੀ ਜਿਹੜੇ ਉਸ ਟਾਈਮ ਅਪਲਾਈ ਕਰ ਸਕਦੇ ਹਨ ਜਾਂ ਫਿਰ ਜਿਹੜੇ ਪਹਿਲਾਂ ਵੀਰ ਕੱਚੇ ਹੋ ਚੁੱਕੇ ਹਨ ਕੋਈ 9 ਮਹੀਨੇ ਦੇ ਪੇਪਰਾਂ ਤੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੇ ਪੇਪਰਾਂ ਤੇ ਆਇਆ ਅਗੇਸਟ ਦੇ ਪੇਪਰ ਨਹੀਂ ਬਣੇ ਇਹ ਲੋਕ ਜਿਹੜੇ ਹੰਜੀ ਉਹਦੇ ਵਿੱਚ ਫੈ ਅਪਲਾਈ ਕਰਦੇ ਹਨ ਜਾਂ ਫਿਰ ਦੂਜੇ ਦੇਸ਼ ਵਿੱਚੋਂ ਲੋਕ ਕਈ ਵਾਰ ਇੱਥੇ ਆ ਜਾਂਦੇ ਹਨ ਕੋਈ ਜਰਮਨ ਦੇ ਵਿੱਚੋਂ ਕੋਈ ਫਰਾਂਸ ਦੇ ਵਿੱਚੋਂ ਉਧਰ ਕੰਮ ਕਰਦੇ ਕਰਦੇ ਲੋਕ ਇੱਥੇ ਆ ਕੇ ਪੇਪਰ ਆਪਣੇ ਪ੍ਰਵਾ ਲੈਂਦੇ ਹਨ ਬਸ ਇਹੀ ਜਿਹੜਾ ਇੱਕ ਚਾਂਸ ਬਚਦਾ ਹੈ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਸੀਂ ਵੀਡੀਓ ਅੰਤ ਤੱਕ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਪੈਣਾ ਬਜ਼ੁਰਗਾਂ ਦੇ ਕਮੈਂਟ ਆਏ ਹਨ ਉਹਨਾਂ ਦਾ ਵੀ ਬਹੁਤ-ਬਹੁਤ ਦੇਲੋਂ ਧੰਨਵਾਦ ਧੰਨਵਾਦ ਜੀ